ਕੁੱਟੀਆਂ ਹੋਈਆਂ ਕਾਲੀਆਂ ਮਿਰਚਾਂ, ਇਹਦਾ ਕਾਲੀਆਂ ਮਿਰਚਾਂ ਨੇ ਦਵਾਈ ਦੇਤੀ ਦਵਾਈ ਦਵਾਈ ਹੈ ਕਿਹਨੂੰ ਦਿੱਤੀਆਂ ਰੋਟੀ ਰੋਟੀ ਖਾ ਕੇ ਅਰਕ ਦੇ ਕੇ ਬਾਅਦ ਚ ਮੈਂ ਖੰਬੜੀ ਬੰਨੀ, ਮੈਂ ਚਲ ਸੌਣ ਹਰ ਤਵੀ ਵਰਤੀ ਅਰਕ ਦੇ ਕੇ ਰੋਟੀ ਖਾ ਕੇ ਸੇਵੀਆਂ ਖਾ ਲੀਆਂ, ਸੇਵੀਆਂ ਥੋੜੀ ਜੀ ਗੱਲ ਕਰੀ ਹਾਂ ਕੀ ਲੈ ਕੇ ਸ਼ਹਿਰ ਦਵਾਈ ਗੱਲ ਪਹਿਲਾਂ ਗੱਲ ਤਾਂ ਕਰ ਲੋ ਦਵਾਈ ਦੀ ਜਾਤ ਵੀ ਨੀ ਪੁੱਛੀ ਵੀ ਭਾਣੇ ਰਾਤ ਕਿਵੇਂ ਲੰਘੀ ਤੇਰੀ ਜਸਵਿੰਦਰ ਤੋਂ ਲੈਣਾ ਇੱਕ ਗਲਾਸ ਤੇਲ ਦਾ ਭਰਾਈ ਜਾ, ਉਹ ਤੇਰੀ ਮੰਮੀ ਨੂੰ ਤੂੰ ਮੂਰੇ ਨੀ ਇਹ ਕਿਵੇਂ ਆ? ਕਾਲੀ ਕਰਦਾ ਪੱਖੇ ਚਲਾ ਗਿਆ, ਮੈਨੂੰ ਹੋਰ ਪਾਸੇ ਨੀ ਚਲਾਉਂਦੀ ਮੈਂ, ਕਿਹਨੇ ਬਾਹਰ ਕਹਿੰਦਾ ਫਿਰ ਸਾਡੇ ਵੀ ਕਿਤੇ ਸਾਡੇ ਘਰੇ ਆ ਜਾ, ਉਹਨਾਂ ਦੇ ਬੂਟੇ ਕੇ ਇਹਨਾਂ ਦੇ ਆ ਜਨ ਕਾਲੀ ਬਰੀ ਇੱਕ ਚੱਕ ਲਾ ਹੋਰ ਲੈ ਲੈ ਬੀਬੀ ਹਜੇ ਧਾਰ ਤਾਂ ਨੀ ਕੱਢੀ, ਅਸੀਂ ਇੱਕ ਗੱਲ ਇੱਕ ਮਿੰਟ ਅਸੀਂ ਕੋਈ ਖਾ ਰਹੇ ਤੇ ਨੀ ਕਰਦੇ ਭੈਣੇ, ਲੱਗਦਾ ਤਾਂ ਮਿਲੀ ਖਾਣਾ ਤਾਂ ਨੀ ਸੀ ਮੇਰੀ ਮਾਂ ਦੇ ਪਸੰਦ ਦੇ ਪਰੇ ਕਰਨਾ ਸੀ ਇਹਦੇ ਵਿੱਚ ਕੁਛ ਦਿਖਾਉਣਾ ਵੀ ਮਿੰਟ ਮੰਗਾ ਕੇ ਕੱਦੀ ਨੇ ਕਮਲ ਦਾ ਚੱਲ ਬਾਹਰ ਰੱਖ ਲੈ ਜਾ ਕੇ ਲਿਖੀ ਦੇਈ ਉੱਤੇ ਵੀ ਲਾਲਾ ਕੈਮਰੇ ਸਾਰੇ ਫੋਨਾਂ ਦੇ ਭੰਡੇ ਲੱਗ ਜਾਂਦੀ ਲੱਗਦਾ ਜਦੋਂ ਪੁੱਛਦਾ ਹੁੰਦਾ ਕਹਿੰਦਾ ਹੁਣ ਵੀ ਅਜੇ ਤਾਂ ਲੱਗਦਾ ਤੂੰ ਘਰੋਂ ਦੂਰ ਹੈ ਹੈਂ।
ਕੱਲ ਮੈਂ ਇੰਨੀ ਵੱਡੀ ਤੋੜ ਗਰਦਨ ਦੇ ਮਾਰੀ ਬਰੋਬਰ ਖਾ ਲੋ ਬਹਿ ਕੇ ਪੁੱਤ ਬਣ ਕੇ ਹੋਰ ਬਣਾ ਕੇ ਨਾ ਦੀ ਫਿਰ ਦੂਜੇ ਇੱਕ ਮਿੰਟ ਅਸੀਂ ਕੜਾਹੀ ਚ ਕੁਛ ਦਿਖਾਉਣਾ ਸਾਨੂੰ ਤਾਂ ਟੇਸਟ ਵੀ ਨੀ ਦੇਖਣਾ ਹਵਾ ਜੀ ਦੱਬ ਗਈ ਵਰਦੀ ਦਾ ਕਢਵਾ ਦਿਓ ਘਰ ਲਾਏ ਇਹ ਤਾਂ ਹੁਣ ਸਾਰੇ ਨੇ ਕਦੇ ਵਰਦੀ ਰੱਖੀ ਹੋਈ ਨੀ ਅੱਜ ਮੈਂ ਦੁਖੀ ਹੋਈ ਪਈ ਸੀ ਮੈਨੂੰ ਪਤਾ ਨੀ ਲੱਗੇ ਮੂਟੇ ਮਾਰਾ ਤੈਨੂੰ ਕੁਛ ਨੀ ਕਹਿੰਦੀ ਮੈਂ ਤਾਰੇ ਘਰੋਂ ਕਹਿੰਦੇ ਜਿਹਦੇ ਮੂਹਰੇ ਬੋਲਦੀ ਮੂਟੇ ਮਾਰਾ ਮੂਟੇ ਮਾਰਦੀ ਕੁੰਡਾ ਲਾ ਦੇ ਪੁੱਤ ਜਦੋਂ ਕੁੰਡਾ ਲਾਈ ਕਿਉਂ ਪੁੱਤ ਵੈਸਾ ਕੋਈ ਖੋਤਾ ਨੀ ਦਿੱਤਾ ਹੱਥ ਹੋਣ ਜਿਆਦਾ ਅੰਦਰ ਲੋੜ ਆ ਫਿਰ ਦਵਾਈ ਦਾ ਨਹੀਂ ਨੂਰ ਦੇ ਬੱਚਿਆ ਵਾ ਇੱਥੋਂ ਨੀ ਵਾਈਦਾ ਹੈਲੋ ਬਾਬਾ ਉੱਠ ਮੋ ਗਾ ਰਿਹਾ ਛੇਤੀ ਬੋਲਦਾ ਇਹਨਾਂ ਘਸਾ ਦਿਆ ਆਪੇ ਚਾਰਿਆਂ ਦੀ ਸੀ
ਬੈਠਾ ਰਹਿ ਫਿਰ ਮੈਂ ਜਾ ਕੇ ਕੱਲ ਹੋਣਗੇ ਅੱਗੇ ਮਟਰ ਬਣਾ ਰਹੀ ਹਾਂ।